ਲੋਕ ਬਰਨਾਲੇ ਦੇ ਕਿਸਦੇ ਸਿਰ ਜਿੱਦਾਂ ਸਿਹਰਾ ਬੰਨਦੇ ਨੇ ਕੇਵਲ ਸਿੰਘ ਢਿੱਲੋਂ, ਇੱਕ ਪਾਸੇ ਉਹ ਵੀ ਬੀਜੇਪੀ ਵੱਲੋਂ ਚੋਣ ਲੜ ਰਹੇ ਆ, ਉਹਦੀ ਕੋਈ ਗੱਲ ਬਣਨ ਵਾਲੀ ਨਹੀਂ ਹੈ, ਉਹਨੂੰ ਤਾਂ ਬੀਜੇਪੀ ਵਾਲੇ ਨੇ ਵੋਟ ਨਹੀਂ ਪਾਉਣੀ। ਉਹਨਾਂ ਨੇ ਜਜ਼ਬਾਤਾਂ ਨੂੰ, ਉਹਨਾਂ ਨੇ ਸੁਪਨਿਆਂ ਨੂੰ ਦੂਜੀਆਂ ਪਾਰਟੀਆਂ ਕੋਲ ਵੇਚਤਾ, ਆਪਣੇ ਦਰਵਾਜ਼ੇ ਬੰਦ ਕਰ ਲੈਂਦਾ ਲੋਕਾਂ ਦੇ, ਆਪਣਾ ਫੋਨ ਬੰਦ ਕਰ ਲੈਂਦਾ, ਚੁੱਕਦਾ ਨਹੀਂ ਫੋਨ। ਕਹਿੰਦੇ ਕਿ ਸਿੰਮ ਬਦਲਿਆ ਜਾਂਦਾ, ਹਰੀਗੜ੍ਹਾ ਹੀ ਨਹਿਰ 'ਤੇ ਆ, ਇਸ ਵਾਰ ਤਾਂ ਨਹੀਂ ਕਾਂਗਰਸ ਨੇ ਸਿੰਮ ਬਦਲਿਆ ਜਾਊਗਾ। ਦੇਖੋ ਮੇਰਾ ਤਾਂ ਜੋ ਸਿੰਮ ਉਹੀ ਜਿਹੜਾ ਪਹਿਲਾਂ ਪੁਰਾਣਾ ਚੱਲਦਾ। ਹਾਂਜੀ ਦੋਸਤੋ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ 'ਤੇ, ਮੈਂ ਫਿਰੋਜ਼ ਖਾਨ, ਇਸ ਵਕਤ ਸਾਡੇ ਨਾਲ ਕੁਲਦੀਪ ਸਿੰਘ ਕਾਲਾ ਜੀ ਆ, ਜਿਹੜੇ ਬਰਨਾਲਾ ਤੋਂ ਕਾਂਗਰਸ ਵੱਲੋਂ ਜਿਹੜੇ ਚੋਣ ਲੜ ਰਹੇ ਆ। ਕੁਲਦੀਪ ਜੀ ਨੂੰ ਗੱਲਬਾਤ ਕਰ ਰਿਹਾ। ਕੁਲਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਚੱਲ ਰਹੀ ਹੈ ਭਾਈ ਚੋਣ ਪ੍ਰਚਾਰ? ਬਹੁਤ ਵਧੀਆ ਚੱਲ ਰਿਹਾ ਜੀ। ਔਰ ਕੀ ਹਾਲ ਚਾਲ ਆ? ਠੀਕ ਹੋ? ਥਕਾਵਟ ਹੋਊਗੀ ਪੂਰੇ ਦਿਨ ਦੀ? ਥਕਾਵਟ ਜਿਹੜਾ ਲੋਕਾਂ ਦਾ ਪਿਆਰ ਆ ਜਿਹੜਾ ਥੱਕਣ ਨਹੀਂ ਦਿੰਦਾ। ਕਹਿ ਰਿਹਾ ਬਰਨਾਲਾ, ਬਰਨਾਲਾ ਤੁਸੀਂ ਦੇਖਿਆ, ਤੁਹਾਨੂੰ ਮੇਰੇ ਨਾਲ ਵੱਧ ਪਤਾ ਤੁਰਦੇ ਫਿਰਦੇ ਹੋ, ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਲੋਕਾਂ ਦਾ, ਬਹੁਤ ਜ਼ਿਆਦਾ ਸਤਿਕਾਰ ਸਹਿਯੋਗ ਮਿਲ ਰਿਹਾ, ਜਿਹਨਾਂ ਲੋਕਾਂ ਕਰਕੇ ਉਸੇ ਹੌਸਲੇ ਨਾਲ ਅੱਧੀ ਰਾਤ ਤੱਕ ਤੁਰੇ ਫਿਰਦੇ ਹਾਂ। ਜੇਕਰ ਗੱਲ ਕਰੀਏ, ਪਹਿਲਾਂ ਕਾਂਗਰਸ ਦੇ ਵਿੱਚ ਰਹਿ ਚੁੱਕੇ ਵੱਡਾ ਚਿਹਰਾ ਕੇਵਲ ਸਿੰਘ ਢਿੱਲੋਂ, ਇੱਕ ਪਾਸੇ ਉਹ ਵੀ ਬੀਜੇਪੀ ਵੱਲੋਂ ਚੋਣ ਲੜ ਰਹੇ ਆ, ਅਤੇ ਤੁਸੀਂ ਵੀ ਲੜ ਰਹੇ ਹੋ, ਕਿਤੇ ਨਾ ਕਿਤੇ ਉਹ ਕਾਂਗਰਸ ਜਿਹੜੀ ਵੋਟਾਂ ਪ੍ਰਭਾਵਿਤ ਹੋਏਗੀ? ਬਿਲਕੁਲ ਨਹੀਂ, ਕਾਂਗਰਸੀ ਵਰਕਰਾਂ ਤੋਂ ਦੁਰਦਸ਼ਾ ਕੀਤੀ ਹੈ, ਜਿਹਨਾਂ ਲੋਕ ਕਾਂਗਰਸੀ ਵਰਕਰਾਂ ਨੇ ਸਾਥੀਆਂ ਨੇ ਉਹਨੂੰ ਦੋ ਵਾਰ ਇੱਥੋਂ ਜਿਤਾਇਆ, ਜਿਹਨਾਂ ਵਰਕਰਾਂ ਨੇ ਆਪਣੀ ਜ਼ਿੰਦਗੀ ਦੇ ਕੀਮਤੀ ਪਲ, ਆਪਣਾ ਪੈਸਾ, ਆਪਣਾ ਟਾਈਮ ਉਹਦੀ ਇਲੈਕਸ਼ਨ ਦੇ ਵਿੱਚ ਜਾਂ ਉਹਦੇ ਲਈ ਕੰਮ ਕੀਤਾ 15 ਸਾਲ, ਜਦੋਂ ਉਹਨਾਂ ਵਰਕਰਾਂ ਦਾ ਟਾਈਮ ਆਇਆ, ਉਹਨਾਂ ਨੂੰ ਦਰਕਿਨਾਰ ਕਰਕੇ, ਉਹਨਾਂ ਦੇ ਜਜ਼ਬਾਤਾਂ ਨੂੰ, ਉਹਨਾਂ ਦੇ ਸੁਪਨਿਆਂ ਨੂੰ ਦੂਜੀਆਂ ਪਾਰਟੀਆਂ ਕੋਲ ਵੇਚਤਾ, ਅਤੇ ਕਾਂਗਰਸ ਵਾਲੇ ਵਰਕਰ, ਕਾਂਗਰਸ ਵਰਕਰ ਦਾ ਇੱਕ ਮੈਸੇਜ ਆ, ਉਹ ਤਾਂ ਬੀਜੇਪੀ ਵਾਲਿਆਂ ਨੂੰ ਕਹਿ ਰਿਹਾ ਵੀ ਇਹ ਤੋਂ ਬਚਿਓ। ਕਾਂਗਰਸੀ ਨੋ, ਇੱਕ ਵੀ ਕਾਂਗਰਸੀ ਵਰਕਰ ਜਿਹੜਾ ਉਹਦੇ ਨਾਲ ਨਹੀਂ ਹੈਗਾ, ਉਹ ਇੱਕ ਐਕਸਪੋਰਟ ਫੇਸ ਹੈ, ਉਹਨੂੰ ਇੱਥੋਂ ਕੁਛ ਵੀ ਮਿਲਣ ਵਾਲਾ ਨਹੀਂ। ਪਤਾ ਹੈ ਲੋਕਾਂ ਨੂੰ ਵੀ ਇਹ ਵੋਟਾਂ ਤੋਂ ਬਾਅਦ ਇਹਦਾ ਕਿਸ ਤਰ੍ਹਾਂ ਦਾ ਵਰਤਾਰਾ ਹੁੰਦਾ, ਆਪਣੇ ਦਰਵਾਜ਼ੇ ਬੰਦ ਕਰ ਲੈਂਦਾ ਲੋਕਾਂ ਲਈ, ਆਪਣਾ ਫੋਨ ਬੰਦ ਕਰ ਲੈਂਦਾ, ਚੁੱਕਦਾ ਨਹੀਂ ਫੋਨ, ਕੁਛ ਨਾ ਦੁੱਖ ਸੁੱਖ ਦੀ ਕੋਈ ਸਾਂਝ ਨਹੀਂ ਰੱਖਦਾ। ਸਿਰਫ ਉਹ ਵੋਟਾਂ ਤੋਂ 2-3 ਮਹੀਨੇ ਪਹਿਲਾਂ ਆਉਂਦਾ, ਜਦੋਂ ਵੀ ਇਲੈਕਸ਼ਨ ਹੁੰਦੀ, ਉਹਨੂੰ ਪਤਾ ਲੱਗ ਜਾਂਦਾ ਇਲੈਕਸ਼ਨ ਆ ਗਈ, ਅਤੇ ਉਦੋਂ ਫਿਰ ਉਹ ਸਾਰਾ ਪਰਿਵਾਰ ਇੱਥੇ ਆ ਕੇ ਬੈਠ ਜਾਂਦਾ, ਅਤੇ ਜਦੋਂ ਆਮ ਅਤੇ ਜਦੋਂ ਤੋਂ ਉਹਨੂੰ ਲੋੜ ਆ ਉਹ ਇੱਥੇ ਆ ਗਏ, ਅਤੇ ਜਦੋਂ ਲੋਕਾਂ ਨੂੰ ਲੋੜ ਹੈ ਉਦੋਂ ਉਹਨੂੰ ਬੰਦ ਦਰਵਾਜ਼ੇ ਬੰਦ ਕਰ ਲੈਂਦੇ ਆ, ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਇੱਥੇ ਆਉਂਦਾ ਨਹੀਂ। ਈਵਨ ਕਿ ਕਈ ਵਾਰ ਇਹ ਵੀ ਹੋਇਆ, ਜਦੋਂ ਸਾਡੇ ਕੋਈ ਸ਼ਹਿਰੀ ਕੰਮ ਲਈ ਚੰਡੀਗੜ੍ਹ ਗਏ, ਅੰਦਰ ਬੈਠਾ ਹੋਣ ਦੇ ਬਾਵਜੂਦ ਕਹਿੰਦਾ ਸੀ ਮੈਂ ਤਾਂ ਵੀ ਹੈ ਨਹੀਂ ਇੱਥੇ, ਉਹ ਤਾਂ ਜੀ ਦਿੱਲੀ ਗਿਆ ਹੋਇਆ, ਅਤੇ ਨਵੀਂ ਬਹਾਨੇਬਾਜੀ ਮਤਲਬ ਬਣਾ ਲੈਂਦਾ ਸੀ। ਤਾਂ ਉਹ ਲੋਕਾਂ ਉਹਨਾਂ ਨੂੰ ਉਹਦੀ ਕੋਈ ਗੱਲ ਬਣਨ ਵਾਲੀ ਨਹੀਂ ਹੈ, ਉਹਨੂੰ ਤਾਂ ਬੀਜੇਪੀ ਵਾਲੇ ਨੇ ਵੋਟ ਨਹੀਂ ਪਾਉਣੀ, ਕਾਂਗਰਸ ਵਾਲਿਆਂ ਦਾ ਪਾਉਣੀ ਕੀ ਹੈ? ਜੇਕਰ ਗੱਲ ਕਰੀਏ ਕਾਲਾ ਜੀ, ਸਿੰਮ ਦੀ ਬੜੀ ਪ੍ਰਚਲਿਤ ਰਹੀ ਆ ਨਾ, ਕਹਿੰਦੇ ਕਿ ਸਿੰਮ ਬਦਲਿਆ ਜਾਂਦਾ, ਹਰੀਗੜ੍ਹਾ ਹੀ ਨਹਿਰ 'ਤੇ ਆ, ਅਤੇ ਇਸ ਵਾਰ ਤਾਂ ਨਹੀਂ ਕਾਂਗਰਸ ਨੇ ਸਿੰਮ ਬਦਲਿਆ ਜਾਊਗਾ? ਤੇ ਦੇਖੋ ਮੇਰਾ ਤਾਂ ਜੋ ਸਿੰਮ ਉਹੀ ਜਿਹੜਾ ਪਹਿਲਾਂ ਪੁਰਾਣਾ ਚੱਲਦਾ, ਅਤੇ ਹੁਣ ਵੀ ਹਾਲਾਂਕਿ ਜਦੋਂ ਹੁਣ ਤਾਂ ਚਲੋ ਮੈਂ ਇਲੈਕਸ਼ਨ ਲੜ ਰਿਹਾ, ਹਾਲਾਂਕਿ ਇਲੈਕਸ਼ਨ 'ਚ ਮੈਂ ਫੋਨ ਇੰਨੇ ਆਉਂਦਾ ਮੈਨੂੰ, ਮੈਂ ਕਈ ਵਾਰ ਜਿਵੇਂ ਤੁਹਾਡੇ ਕੋਲ ਬੈਠ ਹੁਣ ਗੱਲ ਕਰ ਰਿਹਾ, ਜਾਂ ਮੈਂ ਕਿਸੇ ਮੀਟਿੰਗ ਦੇ ਵਿੱਚ ਬੈਠਾ, ਮੈਨੂੰ 1/2 ਘੰਟਾ ਲੱਗ ਗਿਆ, ਉਦੋਂ ਫੋਨ ਇੰਨੇ ਆ ਜਾਂਦੇ, ਜਦੋਂ ਮੈਂ ਉਹਨੂੰ ਕਾਲ ਬੈਕ ਕਰ ਲੈਂਦਾ ਤਾਂ ਹੋਰ ਫੋਨ ਇੰਨੇ ਆ ਜਾਂਦੇ, ਮੈਂ ਫਿਰ ਮਤਲਬ ਫੋਨ ਅਟੈਂਡ ਨਹੀਂ ਹੁੰਦਾ। ਲੇਕਿਨ ਇਲੈਕਸ਼ਨ ਤੋਂ ਪਹਿਲਾਂ ਜਦੋਂ ਇਹ ਸੀ ਵੀ ਮੈਂ ਇਲੈਕਸ਼ਨ ਇੱਥੋਂ ਪਤਾ ਨਹੀਂ ਲੜਨੀ ਕਿ ਨਹੀਂ ਲੜਨੀ, ਪਤਾ ਨਹੀਂ ਇੱਥੋਂ ਕੌਣ ਇਲੈਕਸ਼ਨ ਲੜੂ ਐਜ ਏ ਜ਼ਿਲ੍ਹਾ ਪ੍ਰਧਾਨ, ਜਾਂ ਉਦੋਂ ਪਹਿਲਾਂ ਵੀ, ਅਤੇ ਮੈਨੂੰ ਤਾਂ ਕਹਿੰਦੇ ਜੇ 12 ਵਜੇ ਕਾਲ ਕੀਤੀ ਮੈਂ ਤਾਂ ਫੋਨ ਚੁੱਕਿਆ, ਅਤੇ ਮੈਂ ਤਾਂ ਹੁਣ ਵੀ ਕਹਿੰਦਾ ਮੈਨੂੰ ਤਾਂ ਖੁਸ਼ੀ ਹੁੰਦੀ ਹੈ ਵੀ ਕੋਈ ਮੈਨੂੰ ਕੰਮ ਕਹੇ, ਅਤੇ ਮੈਨੂੰ ਪਰਮਾਤਮਾ ਉਸ ਕੰਮ ਕਰਨ ਦੀ ਸਮਰੱਥਾ ਬਖਸ਼ੇ। ਅਸੀਂ ਤਾਂ ਹਮੇਸ਼ਾ ਜਿਹੜਾ ਇਹ ਜਿਹੜਾ ਫੋਨ ਆਉਣਾ, ਲੋਕਾਂ ਦਾ ਪਿਆਰ ਸਤਿਕਾਰ ਹੁੰਦਾ, ਤੁਹਾਡੇ ਤੋਂ ਇੱਕ ਵੱਡੀ ਆਸ ਇੱਕ ਉਮੀਦ ਹੁੰਦੀ ਹੈ, ਤਾਂ ਮੈਨੂੰ ਕਦੇ ਵੀ ਇੱਦਾਂ ਦੀ ਮੈਂ ਇਹ ਭਰੋਸਾ ਦੇਣਾ ਉੱਥੋਂ ਲੋਕਾਂ ਨੂੰ ਵੀ ਇਹ ਕਦੇ ਵੀ ਨਹੀਂ ਹੋਊਗਾ ਵੀ ਮੈਂ ਉਹਨਾਂ ਨੂੰ ਉਹ ਮੈਨੂੰ ਫੋਨ ਕਰੇ ਕੋਈ ਮੈਂ ਨਾ ਚੁੱਕਾਂ, ਜਾਂ ਮੈਂ ਈਵਨ ਕਿ ਜੇ ਕਈ ਵਾਰ ਮੈਂ ਨਾ ਫੋਨ ਚੁੱਕਿਆ, ਮੇਰੀ ਕੋਸ਼ਿਸ਼ ਹੁੰਦੀ ਮੈਂ ਕਾਲ ਬੈਕ ਕਰਾਂ, ਤਾਂ ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ ਆਉਗੀ ਮੇਰੇ ਵੱਲੋਂ ਲੋਕਾਂ ਨੂੰ। ਜੇਕਰ ਗੱਲ ਕੀਤੀ ਜਾਵੇ ਗੁਰਦੀਪ ਬਾਠ, ਪੰਜਾਬ ਚੋਣ ਲੜ ਰਿਹਾ,
ਕਿਤੇ ਨਾ ਕਿਤੇ ਤੁਹਾਨੂੰ ਉਹਦਾ ਬੈਨੀਫਿਟ ਮਿਲੇਗਾ ਜਾਂ ਕਿਵੇਂ ਲੱਗਦਾ? ਦੇਖੋ ਇੱਧਰ ਜੋ ਗੁਰਦੀਪ ਬਾਠਵੀ ਆਮ ਆਦਮੀ ਪਾਰਟੀ ਵਿੱਚ ਕੰਮ ਕਰਦੇ ਸੀ, ਜਦੋਂ ਕੋਈ ਵੀ ਪਰਿਵਾਰ ਦਾ ਫਾੜੋ ਜੀ, ਮੰਨ ਲਓ ਕਾਂਗਰਸ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲ ਹੁੰਦੀ, ਅਲਟੀਮੇਟਲੀ ਕਾਂਗਰਸ ਨੂੰ ਨੁਕਸਾਨ ਹੋਣਾ ਸੀ, ਜਿਹੜਾ ਮੇਰਾ ਵਿਰੋਧੀ ਆ ਉਹਨੂੰ ਫਾਇਦਾ ਹੋਣਾ ਸੀ, ਤਾਂ ਅਲਟੀਮੇਟਲੀ ਤਾਂ ਨੈਚੁਰਲੀ ਆ ਵੀ ਜੇ ਇੱਕ ਕਿਸਾ ਵੀ ਕੋਈ ਵੀ ਪਰਿਵਾਰ ਹੈ, ਕੋਈ ਪਾਰਟੀ ਹੈ, ਕੁਛ ਵੀ ਹੈ, ਜਦੋਂ ਉਹਦੇ ਵਿੱਚ ਦਫਾੜ ਪੈ ਜਾਵੇ, ਦੋ ਥਾਵਾਂ 'ਤੇ ਵੰਡੇ ਜਾਣ, ਤਾਂ ਅਲਟੀਮੇਟਲੀ ਤਾਂ ਉਹਦਾ ਵਿਰੋਧ ਕੋਈ ਲੜ ਰਿਹਾ, ਉਹਨੂੰ ਫਾਇਦਾ ਤਾਂ ਹੋਏਗਾ ਹੋਣਾ। ਜੇਕਰ ਗੱਲ ਕਰੀਏ ਲੋਕ ਸਭਾ ਦੇ ਵਿੱਚ ਆ, ਜਿਹੜਾ ਕਾਂਗਰਸ ਨੂੰ ਫਤਵਾ ਦਿੱਤਾ ਗਿਆ ਸੀ, ਅਤੇ ਲੱਗਦਾ ਵੀ ਇਸ ਵਾਰੀ ਜਿਹੜੀ ਉਸੇ ਚਾਲ ਜਾਰੀ ਰਹੂਗੀ, ਵਿਧਾਨ ਸਭਾ ਦੇ ਵਿੱਚ ਵੀ ਲੋਕ ਦੇਣਗੇ ਫਤਵਾ? ਦੇਖੋ ਅੱਜ ਤੁਸੀਂ ਪੂਰੇ ਪੰਜਾਬ 'ਚ ਕਿਤੇ ਵੀ ਚਲੇ ਜਾਓ, ਹਰ ਬੰਦੇ ਦੀ ਜ਼ਬਾਨ ਦੇ ਉੱਤੇ ਕਾਂਗਰਸ ਹੈ, ਕਿਉਂਕਿ ਕਾਂਗਰਸ ਪਾਰਟੀ ਦੇ ਇੱਕ ਵੱਡੀ ਦੇਣ ਆ ਦੇਸ਼ ਲਈ, ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਦੇਸ਼ ਦੀ ਤਰੱਕੀ ਦੇ ਵਿੱਚ ਜਿਹੜੇ ਕਾਂਗਰਸ ਦੇ ਆਗੂਆਂ ਦਾ ਵੱਡਾ ਯੋਗਦਾਨ ਹੈ। ਹਾਂ ਠੀਕ ਹੈ, ਕੁਛ ਜਿਵੇਂ ਜਿਹੜੇ ਬੰਦੇ ਤੁਸੀਂ ਪਹਿਲਾਂ ਨਾਂ ਲਿਆ ਸੀਗਾ ਕੇਵਲ ਸਿੰਘ ਢਿੱਲੋਂ, ਇਹੋ ਜਿਹੇ ਲੋਕਾਂ ਨੇ ਆ ਕੇ ਪਾਰਟੀ ਨੂੰ ਗੰਧਲਾ ਕੀਤਾ, ਇਹਨਾਂ ਨੇ ਪੈਸੇ ਦੇ ਸੱਤੇ ਰਾਜਨੀਤੀ ਕਰਨੀ ਚਾਹੀ। ਕਾਂਗਰਸ ਪਾਰਟੀ ਆਮ ਲੋਕਾਂ ਦੀ ਪਾਰਟੀ ਸੀ, ਗਰੀਬਾਂ ਦੀ, ਵਪਾਰੀਆਂ ਦੀ, ਕਿਸਾਨਾਂ ਦੀ, ਜਿਹਨੇ ਹਮੇਸ਼ਾ ਹਰ ਇੱਕ ਵਰਗ ਨੂੰ ਨਾਲ ਲੈ ਕੇ ਮਤਲਬ ਧਰਮ ਨਿਰਪੇਖ ਪਾਰਟੀ ਸਾਰੇ ਧਰਮਾਂ ਨਾਲ ਬਰਾਬਰ ਦਸਤਕਾਰ ਕਰਦੀ, ਅਜਿਹੇ ਲੋਕਾਂ ਨੇ ਆ ਕੇ ਥੋੜ੍ਹਾ ਜਿਹਾ ਗੰਧਲਾ ਕਰਤਾ ਸੀ। ਚਲੋ ਇਹਨਾਂ ਤੋਂ ਹੁਣ ਤਾਂ ਨਵੀਂ ਕਾਂਗਰਸ ਸਿਰਜਣਾ ਹੋ ਗਈ, ਰਾਹੁਲ ਗਾਂਧੀ ਵਾਈਟ, ਆਮ ਘਰਾਂ ਦੇ ਮੁੰਡੇ ਨੂੰ, ਰਾਜਾ ਵੜਿੰਗ ਵਰਗਿਆਂ ਨੂੰ, ਚਰਨਜੀਤ ਸਿੰਘ ਚੰਨੀ ਵਰਗ, ਪ੍ਰਤਾਪ ਸਿੰਘ ਬਾਜ ਵਰਗਿਆਂ ਨੂੰ, ਇਹਨਾਂ ਨੂੰ ਜਿਹੜੀ ਅਗਵਾਈ ਦਿੱਤੀ ਹੈ ਕਾਂਗਰਸ ਨੇ, ਜਿਹਨਾਂ ਨੂੰ ਜ਼ਮੀਨ ਤੋਂ ਲੈ ਕੇ ਉੱਪਰ ਤੱਕ ਹਰ ਇੱਕ ਬੰਦੇ ਦੀ ਤਕਲੀਫ ਦਾ ਪਤਾ, ਤਾਂ ਜਿਹੜੀ ਜਿਹੜਾ ਹੈਗਾ ਵੀ ਔਰ ਇਹ ਜਿਹੜਾ ਆਉਣ ਵਾਲਾ ਜਿਹੜਾ ਲੋਕ ਹੈ ਆਪਣਾ ਭਵਿੱਖ ਕਾਂਗਰਸ ਦੇ ਵਿੱਚ ਦੇਖ ਰਿਹਾ। ਜਾਂਦੇ ਜਾਂਦੇ ਇੱਕ ਸਵਾਲ ਹੋ ਰਿਹਾ ਕਿ ਬਾਂਸਲ ਪਰਿਵਾਰ ਦਾ ਕਿਵੇਂ ਸਹਿਯੋਗ ਮਿਲ ਰਿਹਾ ਪੂਰਾ? ਦੇਖੋ ਮਨੀਸ਼ ਬਾਂਸਲ ਮੇਰਾ ਛੋਟਾ ਭਰਾ ਹੈ, ਉਹ ਹਮੇਸ਼ਾ ਉਹਨਾਂ ਦਾ ਸਾਥ ਮੇਰੇ ਨਾਲ ਰਿਹਾ, ਉਹਨਾਂ ਦੀਆਂ ਦਬਾਵਾਂ, ਉਹਨਾਂ ਦਾ ਸਹਿਯੋਗ, ਅਤੇ ਹਮੇਸ਼ਾ ਨਾਲ ਹੁਣ ਵੀ ਉੱਥੇ ਤੁਰੇ ਫਿਰਦੇ ਨੇ, ਕਰ ਰਹੇ ਕੰਪੇਨ ਆਪਣੀ। ਥੈਂਕ ਯੂ ਬਿਜੀ ਸਟੂਲ ਦੇ ਵਿੱਚ ਤੁਸੀਂ ਸਮਾਂ ਦਿੱਤਾ। ਹਾਂਜੀ ਦੋਸਤੋ, ਇਹ ਸਨ ਕੁਲਦੀਪ ਸਿੰਘ ਕਾਲਾ ਜੀ, ਜਿਹੜੇ ਕਿ ਬਿਜੀ ਸਮੇਂ ਦੇ ਵਿੱਚ ਸਾਨੂੰ ਸਮਾਂ ਦਿੱਤਾ, ਪਰ ਆਉਣ ਵਾਲੀ 20 ਨਵੰਬਰ ਨੂੰ ਦੱਸਦੇ ਹਾਂ ਲੋਕ ਬਰਨਾਲੇ ਦੇ ਕਿਸ ਦੇ ਸਿਰ ਜਿੱਦ ਦਾ ਸਿਹਰਾ ਬਣਦੇ ਨੇ। ਕੈਮਰਾਮੈਨ ਸੋਨੀ ਮਾਂਗੇਵਾਲ ਦੇ ਨਾਲ ਮੈਨੂੰ ਫਿਰੋਜ਼ ਖਾਨ ਨੂੰ ਦਿਓ ਇਜਾਜ਼ਤ, ਅਤੇ ਤੁਸੀਂ ਬਣੇ ਰਹੋ ਹਮਦਰਦ ਟੀ ਵੀ ਦੇ ਨਾਲ।